हरकृष्ण जी, मेरे डैडी सीगे जी बोहर सिंह प्रधान, जिला प्रधान डकौंदा किसान यूनियन दे। कदों तुसीं संघर्ष विच गए होए सीगे ते कदों वापस आए? इह ओह जदों दा संघर्ष चल रिहा उदों दे ही जांदे आउंदे सीगे। कदों वापस आए सी? इह 26 तरीक नूं परसों वापस आए सी। किवें डैथ किवें हुई? डैथ परेशानी च रहिंदे सी, वी जाण आउण दी परेशानी रहिंदी सी, वी जांदे आउंदे रहिंदे सी। परसों फिर जाणा सीगा जी ते रात डैथ हो गई। किन्नी उमर आ मिलणी? ਹੈਗੀ ਆ 17 ਸਾਲ ਦੇ ਆਸੇ ਪਾਸੇ। ਕਿੰਨੀ ਜ਼ਮੀਨ ਹੈ? ਜ਼ਮੀਨ 7 ਕਿੱਲੇ ਜੀ। ਅਸੀਂ 3 ਭੈਣ ਭਰਾ ਜੀ। ਕਦੋਂ ਤੋਂ ਮਤਲਬ ਸੰਗਰਾਸੀ ਕਿਸਾਨੀ ਜਮਨ ਨੂੰ ਰੱਖਦੇ? ਇਹ ਉਹਨਾਂ ਨੂੰ ਹੋ ਗਏ ਘੱਟ ਤੋਂ ਘੱਟ 16-17 ਸਾਲ ਦੀ ਮੰਗ ਕਰਦੇ ਸਰਕਾਰ ਤੋਂ। ਇਹੀ ਮੰਗ ਕਰਦੇ ਹਾਂ, ਸਾਨੂੰ ਜੋ ਬਣਦੀ ਆ ਉਹ ਦਿੱਤੀ ਜਾਵੇ। ਸਾਡਾ ਮਸਲਾ ਜਿੰਨਾ ਚਿਰ ਸਾਡਾ ਨਾ ਹੋਇਆ ਉਨਾ ਚਿਰ ਇਤਨੇ ਚਲੂ ਕੰਮ। ਬੋਰਡ ਸੀਗੇ ਜਿਹਨਾਂ ਦੀ ਮੌਤ ਹੋਈ ਹੈ, ਕਦੋਂ ਤੋਂ ਸੰਘਰਸ਼ ਕਰਦੇ ਰਹੇ, ਕਿਹੜੀ ਜੁਨੀ ਨਾਲ ਜੁੜੇ? ਇਹ ਪਹਿਲਾਂ ਜੀ ਅਸੀਂ ਸਿੱਧੂਪੁਰ 'ਚ ਵੀ ਰਹੇ, ਗਰਾਂ 'ਚ ਵੀ ਰਹੇ, ਫਿਰ ਹੁਣ ਬੂਟਾ ਸਿੰਘ ਬੁਰਜੀ ਗੱਲ ਡਕੌਂਦਾ ਪਾਰਟੀ ਸਾਡੀ, ਅਤੇ 25-30 ਸਾਲ ਹੋ ਗਏ ਸਾਨੂੰ, ਅਤੇ ਹੁਣ ਤਾਂ ਸਾਰੀਆਂ ਇੱਕ ਡੰਟ ਦੇ ਹੀ ਲੜਦੇ ਹਾਂ ਅਸੀਂ। ਸੰਘਰਸ਼ ਤਾਂ ਉਹਨਾਂ ਚੱਲ ਲਈ ਰਹੇਗਾ, ਹੁਣ ਇਹ 8 ਦਿਨ ਲਾ ਆਉਂਦਾ ਸੀ, ਕਦੀ 10 ਦਿਨ, ਕਦੀ ਘਰੇ, ਕਦੀ ਉੱਥੇ, ਅਤੇ ਕਿਵੇਂ ਨਾ ਟਿਕਾੜ ਕੋਈ ਉਹਨਾਂ ਦੇ ਨਾਲੇ, ਟੈਨਸ਼ਨ ਬੜੀ ਰੱਖਦਾ ਸੀ ਜੀ ਸਾਡਾ, ਕਿਵੇਂ ਹੱਲ ਨਹੀਂ ਹੁੰਦਾ ਕੋਈ ਵੀ। ਕਿੰਨੀ ਉਮਰ ਸੀ, ਕੌਣ ਕੀ ਨਾਂ, ਕਿਸੇ ਨਜ਼ਰ ਤੇ ਨਾਂ ਤੋਂ ਇਹ ਸੰਘਰਸ਼ 'ਚ ਪਹੁੰਚੀ ਹੋਈ ਸੀ? ਇਹਦਾ ਨਾਂ ਬੋਹੜ ਸਿੰਘ, ਪਿੰਡ ਇਹਦਾ ਚਿਰਗੜ ਹੈ, ਸਾਡਾ ਪਿੰਡ, ਮੈਂ ਪਿੰਡ ਮਿੱਡਾ ਹੀਰਾ ਸਿੰਘ, ਅਤੇ ਸੰਘਰਸ਼ ਤਾਂ ਜਾਂਦਾ ਹੀ ਰਹਿੰਦਾ ਪਹਿਲੀਆਂ 'ਚ ਅਸੀਂ ਗਏ ਸਾਰੀਆਂ ਤੋਂ, ਬਾਅਦ 'ਚ ਤਾਂ ਹੁਣ ਜਿਵੇਂ ਵਾਰੀ ਸਿਰ, ਕਦੀ 8 ਦਿਨ ਉਹ ਚਲਾ ਜਾਂਦਾ ਸੀ, ਕਦੀ 8 ਦਿਨ ਲਾਏ, 8 ਦਿਨ ਕਰੇ। ਕਦੋਂ ਵਾਪਸ, ਕਦੋਂ ਆਏ ਸੀਗੇ ਇਹ? ਇਹ ਪਰਸੋਂ ਆਏ ਤਕਾ ਸ਼ਾਮ ਨੂੰ 6 ਵਜੇ। ਕਿਸ ਤਰ੍ਹਾਂ ਮੌਤ ਹੋਈ, ਕੀ ਬਿਮਾਰ, ਕਿਸ ਕਰਕੇ? ਬਿਮਾਰ ਕੋਈ ਵੀ ਨਹੀਂ ਹੋਇਆ, ਬਸ ਟੈਨਸ਼ਨ ਨਾ ਹੀ ਜੀ, ਸਾਡਾ ਕਿਸੇ ਨੇ ਮਸਲਾ ਨਹੀਂ ਹੱਲ ਹੋਣ ਡਿਆ, ਅਤੇ ਤੜਕੇ ਮੈਂ ਫਿਰ ਚਲੇ ਜਾਣਾ, ਉਹ ਰਾਤ ਹੀ ਹੋ ਗਈ। ਕੀ ਮੰਗ ਕੀ ਕਰੋਗੇ ਵੀ ਜਿਹੜਾ ਕਿਸਾਨ ਰੋਜ਼ ਜਿਹੜੇ ਗੀਆਂ ਮੌਤਾਂ ਵਾਸਤੇ ਗੁਜ਼ਰਦ ਰਹੇ ਹੈਗੇ ਸੰਘਰਸ਼ ਦੌਰਾਨ, ਪਰ ਸਰਕਾਰਾਂ ਹਜੇ ਤੱਕ ਵੀ ਕਿਸਮਤ? ਅਸੀਂ ਕਹਿੰਦੇ ਜ਼ਿੰਮੇਵਾਰ ਸਰਕਾਰਾਂ, ਜੇ ਜਨਤਾ ਨਾਲ ਇਤਨੀ ਹੁੰਦੀ ਰਹੀ ਸਰਕਾਰ ਤਾਂ ਫਿਰ ਬੜੀ ਕਰਨ ਵਾਲੀ ਅਟਕੀ ਬੈਠੀ, ਦੁਨੀਆ ਦੇ ਇਤਨਾ ਮਰੀ ਜੋ ਖਤਮ ਹੋਈ ਜਾਂਦੀ ਆ। ਇਹ ਕੋਈ ਸੋਚਣਾ ਚਾਹੀਦਾ ਸਰਕਾਰ ਨੂੰ, ਜੇ ਜਨਤਾ ਨੂੰ ਭਾਈ ਅਟਕਾਈਏ। ਭਾਰਤ ਵਿੱਚ ਪਹਿਲੀ ਵਾਰ ਸ਼ੁੱਧ ਜਲ ਲੰਗਰ ਸੇਵਾ ਸ਼ੁਰੂ। ਪਿਓਰ ਵਾਟਰ ਹੈਲਥੀ ਲਾਈਫ NGO ਆਸਟ੍ਰੇਲੀਆ ਵੱਲੋਂ ਭਾਰਤ ਦੇ ਪਿੰਡਾਂ ਵਿੱਚ ਹਰ ਵਰਗ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੀ ਮੁਹਿੰਮ। ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਰੋਂ ਵਜਾਰਾ ਰਾਣੂਆ ਤੋਂ ਸ਼ੁਰੂ। NRI ਤੇ ਦਾਨੀ ਸੱਜਣਾਂ ਨੂੰ ਅਪੀਲ ਕਿ ਆਓ, ਦੇਸ਼ ਵਾਸੀਆਂ ਨੂੰ ਪੀਣ ਵਾਲੇ ਪਾਣੀ ਤੋਂ ਲੱਗਣ ਵਾਲੀਆਂ 80% ਬਿਮਾਰੀਆਂ ਜਿਵੇਂ ਟਾਈਫਾਇਡ, ਪੇਟ ਗੈਸ, ਪੀਲੀਆ, ਜੋੜਾਂ ਦਾ ਦਰਦ, ਕਬਜ਼, ਬੁਖਾਰ ਤੇ ਕੈਂਸਰ ਤੋਂ ਬਚਾਈਏ। ਸਲਾਹ ਤੇ ਸਹਿਯੋਗ ਕਰਨ ਲਈ ਸੰਪਰਕ ਨੰਬਰ ਪਰਮਜੀਤ ਸਿੰਘ ਰਾਣਾ, ਪੰਜਾਬ 70098070 83 ਅਤੇ ਰਘੁਵੀਰ ਸਿੰਘ, ਆਸਟ੍ਰੇਲੀਆ।